ਸਾਡੇ ਦੋ ਗਾਣੇ ਸੀ ਗੋਟ ਤੇ ਪਿੱਤਲ ਉਹਨਾਂ ਦੀ ਪੇਮੈਂਟ ਅੱਜ ਤੱਕ ਕਰਾਈ ਨਹੀਂ ਸਾਨੂੰ ਚਲੋ ਇਹਦਾ ਵੀ ਕੁਛ ਕਰਦੇ ਹਾਂ ਧਾਮਾ ਯਾਮਾ ਦੋਸਤੋ ਰਾਤ ਸਿੱਧੂ ਮੂਸੇਵਾਲ ਨੇ ਆਪਣੇ ਫੈਨਸ ਨੂੰ ਤੋਹਫਾ ਦਿੰਦੇ ਹੋਏ ਆਪਣੀ ਨਵੀਂ ਐਲਬਮ ਪੂਰੀ ਦੀ ਪੂਰੀ ਆਪਣੇ ਚੈਨਲ 'ਤੇ ਅਪਲੋਡ ਕਰ ਦਿੱਤੀ ਜਿਸ ਨੂੰ ਹੁਣ 12 ਘੰਟਿਆਂ ਦੇ ਵਿੱਚ ਲਗਭਗ 1 ਮਿਲੀਅਨ ਦੇ ਕਰੀਬ ਵਿਊ ਹੋ ਚੁੱਕੇ ਨੇ ਇਸ ਤੋਂ ਬਾਅਦ ਸਨੀ ਮਾਲਟਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਵੀਡੀਓਜ਼ ਪਾਈਆਂ ਜਿਨ੍ਹਾਂ ਵਿੱਚ ਉਹ ਕਹਿ ਰਿਹਾ ਕਿ ਹੁਣ ਤਾਂ ਇਹਨਾਂ ਨੇ ਆਪਣੀ ਐਲਬਮ ਸਹੀ ਤਰੀਕੇ ਨਾਲ ਪਾਤੀ ਹੈ ਹੁਣ ਤਾਂ ਸਾਡੇ ਗਾਣਿਆਂ ਦੇ ਪੈਸੇ ਵਾਪਸ ਕਰ ਦਿਓ ਇਸ ਦੇ ਨਾਲ ਹੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਨੀ ਮਾਲਟਨ ਬਿਗ ਬਰਡ ਅਤੇ ਬਿਗ ਬੋਏ ਦੀਪ ਦਾ ਗਾਣਾ ਲਿਮਿਟਸ ਜੋ ਕਿ ਸਿੱਧੂ ਮੂਸੇਵਾਲ ਦੇ ਰੋਟੀ ਗਾਣੇ ਤੋਂ ਬਾਅਦ ਅਪਲੋਡ ਕੀਤਾ ਗਿਆ ਸੀ ਉਸ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕਾਂ ਨੇ ਡਿਸਲਾਈਕ ਕੀਤਾ ਜੀ ਹਾਂ ਦੋਸਤੋ ਜਿੱਥੇ ਕਿ ਉਹਨੂੰ ਸਿਰਫ 30,000 ਦੇ ਕਰੀਬ ਲਾਈਕ ਮਿਲੇ ਨੇ ਪਰ 1 ਲੱਖ ਤੋਂ ਵੱਧ ਲੋਕਾਂ ਨੇ ਹੁਣ ਤੱਕ ਡਿਸਲਾਈਕ ਕੀਤਾ ਕਿਸੇ ਵੀ ਪੰਜਾਬੀ ਗਾਣੇ ਨਾਲ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇੰਨੇ ਜ਼ਿਆਦਾ ਡਿਸਲਾਈਕ ਮਿਲੇ ਹੁਣ ਆਓ ਦੋਸਤੋ ਸਨੀ ਮਾਲਟਨ ਦੀ ਵੀਡੀਓ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਉਹ ਆਪਣੀ ਵੀਡੀਓ 'ਚ ਕੀ ਕਹਿ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਹਾਂਜੀ ਸਾਰੇ ਠੀਕ ਹੋ ਅੱਜ ਬਾਈ ਦੀ ਐਲਬਮ ਆਈ ਸੀਗੀ ਵਧਾਈ ਉਹਨੂੰ ਅਤੇ ਗੁੱਡ ਲੱਕ ਆ ਸਾਰਿਆਂ ਨੂੰ ਮੈਨੂੰ ਯਾਦ ਆ 4-5 ਦਿਨ ਪਹਿਲਾਂ ਜਦੋਂ ਬਾਈ ਲਾਈਵ 'ਤੇ ਗਿਆ ਸੀ ਆਉਂਦਾ ਸੀ ਜਦੋਂ ਮੈਂ ਗਾਣਾ ਸਹੀ ਤਰੀਕੇ ਨਾਲ ਕੱਢਿਆ ਮੈਂ ਇਹਨਾਂ ਦੀ ਪੇਮੈਂਟ ਕਰ ਦੂੰਗਾ ਸੋ ਜਿਹੜੀ ਅੱਜ ਐਲਬਮ ਇਹਨਾਂ ਨੇ ਸਹੀ ਤਰੀਕੇ ਨਾਲ ਕੱਢੀ ਆ ਉਹ 'ਚ ਸਾਡੇ ਦੋ ਗਾਣੇ ਸੀ ਗੋਟ ਅਤੇ ਪਿੱਤਲ ਉਹਨਾਂ ਦੀ ਪੇਮੈਂਟ ਤਾਂ ਅੱਜ ਤੱਕ ਕਰਾਈ ਨਹੀਂ ਸਾਨੂੰ ਸੋ ਮੈਨੂੰ ਪਤਾ ਨਹੀਂ ਕੀ ਹੁੰਦਾ ਸਹੀ ਤਰੀਕਾ ਕੱਢਣ ਦਾ ਗਾਣਾ 'ਚ ਨਹੀਂ ਸਹੀ ਤਰੀਕਾ ਪੂਰੀ ਐਲਬਮ ਅਪਲੋਡਡ ਆ ਇਹਨਾਂ ਦੇ ਪੈਸੇ ਬਣੀ ਜਾਂਦੇ ਆ ਸਾਨੂੰ ਮਿਲੇ ਨਹੀਂ ਅਤੇ ਫਿਰ ਲੋਕ ਕਹਿੰਦੇ ਅਸੀਂ ਗਲਤ ਹਾਂ ਪਰ ਚਲੋ ਇਹਦਾ ਵੀ ਕੁਛ ਕਰਦੇ ਹਾਂ ਧਾਮਾ ਯਾਮਾ ਮੁੱਕ ਦੀ ਗੱਲ ਇਹ ਆ ਨਾ ਜਿਹੜੇ ਬਾਕੀ ਆਰਟਿਸਟ ਹੁਣ ਅੱਜ ਦੇ ਵੀ ਓਪੀਨੀਅਨ ਦੇਣ ਲੱਗ ਗਏ ਸਿਚੁਏਸ਼ਨ ਦੇ ਬਾਰੇ ਬਾਈ ਆਪਣੇ ਨਾਲ ਤੁਹਾਡਾ ਕੋਈ ਲੈਣ ਦੇਣ ਨਹੀਂ ਨਾ ਤੁਹਾਡੀ ਜਾਣ ਪਛਾਣ ਹੈਗੀ ਸਾਡੇ ਨਾਲ ਨਾ ਤੁਸੀਂ ਸਾਨੂੰ ਮਿਲੇ ਹੈ ਨਾ ਤੁਸੀਂ ਸ਼ਾਇਦ ਸਹੀ ਹੋ ਸਕਦੇ ਹਾਂ ਪਰ ਅਸੀਂ ਤੁਹਾਨੂੰ ਕੋਈ ਹਾਂਜੀ ਹਾਂਜੀ ਆ ਮੈਂ ਆਖਣ ਲੱਗੇ ਸੀ ਕਿ ਜਿਹੜੇ ਵੀ ਆਰਟਿਸਟ ਹੁਣ ਬੋਲੀ ਜਾਂਦੇ ਆ ਸਾਡੇ ਹੱਕ ਵਿੱਚ ਜਾਂ ਖਿਲਾਫ ਕੋਈ ਚੱਕਰ ਨਹੀਂ ਭਰਾ ਅਸੀਂ ਕਿਸੇ ਨੂੰ ਰਿਸਪੋਂਸ ਨਹੀਂ ਦੇਣੀ ਜਿਹੜਾ ਤੁਹਾਡਾ ਓਪੀਨੀਅਨ ਆ ਉਹ ਤੁਹਾਡਾ ਓਪੀਨੀਅਨ ਆ ਤੁਸੀਂ ਸਾਨੂੰ ਜਾਣ ਦੇਣੀ ਹੈ ਨਾ ਬਹੁਤ ਜਾਣੇ ਆਰਟ ਜਿਹੜੇ ਬੋਲੀ ਜਾਂਦੇ ਆਰਟ ਸਾਨੂੰ ਮਿਲੇ ਨਹੀਂ ਗੇ ਸੋ ਇਟਸ ਓਕੇ ਮੈਂ ਨਹੀਂ ਕਹਿੰਦਾ ਤੁਸੀਂ ਗਲਤ ਹਾਂ ਸ਼ਾਇਦ ਤੁਸੀਂ ਸਹੀ ਹਾਂ ਵੀ ਜਸਟ ਡੋਂਟ ਕੇਅਰ ਇਹ ਰੌਲਾ ਚੱਲੀ ਜਾਣਾ ਭਰਾ ਜਿੰਨੇ ਚੱਕਰ ਸਾਡੇ ਪੈਸੇ ਨਹੀਂ ਮਿਲਦੇ ਅਸੀਂ ਨਹੀਂ ਰੁਕਣਾ ਅਤੇ ਬਾਕੀ ਸਾਨੂੰ ਗੁੱਡ ਲੱਕ ਆ ਮੈਂ ਇੱਕ ਗੱਲ ਭੁੱਲ ਗਿਆ ਸੀ ਕਿ ਹੁਣ ਬਾਈ ਨੂੰ ਪੁੱਛੋ ਇਹ ਗਾਣੇ ਕਿੱਥੋਂ ਲੀਕ ਹੋ ਗਏ ਇਹ ਨਾ ਆਖੀ ਅਸੀਂ ਕੀਤੇ ਆ ਪੁੱਤ ਇਹ ਨਾ ਆਖੀ ਹੁਣ